ਹੈਲੋ ਦੋਸਤੋ ਟਰਪਲੱਸ ਵੀ ਦੇ ਅੰਦਰ ਨਵੀਂ ਵੈਕੈਂਸੀ ਆ ਚੁੱਕੀ ਹੈ ਜੀ ਕਲਰਕ ਕਲਰਕ ਆਈਟੀ ਤੇ ਕਲਰਕ ਅਕਾਊਂਟਸ ਪਹਿਲਾਂ ਵੀ ਕਲਰਕ ਦੀ ਵੈਕੈਂਸੀ ਆਈ ਸੀ ਜੀ ਕਲਰਕ ਡਾਟਾ ਐਂਟਰੀ ਆਪਰੇਟਰ ਤੇ ਕਲਰਕ ਆਈਟੀ ਦੀ ਤੇ ਹੁਣ ਨਵੀਂ ਵੈਕੈਂਸੀ ਆ ਚੁੱਕੀ ਹੈ ਜੀ ਪਹਿਲਾਂ ਜਿਹੜੀ ਵੈਕੈਂਸੀ ਆਈ ਸੀ ਉਹ ਐਡਵਰਟਾਈਜ਼ਮੈਂਟ ਨੰਬਰ 2 ਜਾਂ 3 ਦੇ ਅੰਦਰ ਆਈ ਸੀ ਹੁਣ ਜਿਹੜੀ ਵੈਕੈਂਸੀ ਆਈ ਹੈ ਜੀ ਐਡਵਰਟਾਈਜ਼ਮੈਂਟ ਹੈਗੀ ਆ ਜੀ 15 ਦੇ ਅਕੋਰਡਿੰਗ ਆਈ ਆ ਕਲਰਕ ਕਲਰਕ ਆਈਟੀ ਤੇ ਕਲਰਕ ਅਕਾਊਂਟਸ ਤੇ ਟੋਟਲ ਹੈਗੀਆਂ ਜੀ ਵੈਕੈਂਸੀਆਂ 735 ਤੇ ਜਿਹੜਾ ਕਿੰਨੀ ਲਾਸਟ ਡੇਟ ਆ ਕੀ ਰਿਕੁਆਇਰਮੈਂਟ ਆ ਸਾਰਾ ਕੁਝ ਆਪਾਂ ਦੱਸਾਂਗੇ ਜੀ ਤੇ ਟੋਟਲ 735 ਵੈਕੈਂਸੀਆਂ ਨੇ ਇਹਦੇ ਬਾਰੇ ਮੈਂ ਦੱਸ ਚੁੱਕਾ ਹਾਂ ਜੀ ਤੁਹਾਨੂੰ ਪਹਿਲਾਂ ਹੀ ਤੇ ਫਾਰਮ ਭਰਨ ਦੀ ਲਾਸਟ ਡੇਟ ਆ ਜੀ 29 ਜੁਲਾਈ ਤੇ 29 ਜੂਨ ਤੋਂ ਫਾਰਮ ਭਰਨੇ ਸਟਾਰਟ ਆ ਜੀ ਤੇ ਜਿਹੜਾ ਵੀ ਫਾਰਮ ਭਰਨਾ ਚਾਹੁੰਦਾ ਜੀ ਕਰ ਸਕਦਾ ਵਾ ਤੇ ਇਹ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਡੀਪੀਐਸਵੀ ਵਿਦਿਆਨਦਰ ਪਹਿਲਾਂ ਵੀ ਵੈਕੈਂਸੀਆਂ ਆਈਆਂ ਸੀ ਹੁਣ ਵੀ ਨਵੀਆਂ ਵੈਕੈਂਸੀਆਂ ਆਈਆਂ ਨੇ ਤੇ ਕੀ ਕੁਆਲੀਫਿਕੇਸ਼ਨ ਮੰਗੀ ਗਈ ਆ ਜੀ ਬੱਸ ਸਿੰਪਲ ਗ੍ਰੈਜੂਏਸ਼ਨ ਬੇਸ ਤੇ ਵੀ ਵੈਕੈਂਸੀ ਆ ਜੀ ਇਹਦੇ ਵਿੱਚ ਇਹਦੇ ਵਿੱਚ ਕਲਰਕ ਦੀਆਂ 704 ਵੈਕੈਂਸੀਆਂ ਨੇ ਕਲਰਕ ਆਈਟੀ ਦੀਆਂ 10 ਤੇ ਕਲਰਕ ਲੇਖ ਦੀਆਂ 21 ਵੈਕੈਂਸੀਆਂ ਨੇ ਠੀਕ ਹੈ ਜੀ ਤੇ ਵੈਬਸਾਈਟ ਦੱਸੀ ਗਈ ਹੈ ਜੀ ਤੇ ਕਿਹੜੇ ਕਿਹੜੇ ਡਿਪਾਰਟਮੈਂਟ ਅੰਦਰ ਵੈਕੈਂਸੀਆਂ ਨੇ ਪਹਿਲਾਂ ਹੈਗੀਆਂ ਜੀ ਕਲਰਕ ਦੀਆਂ ਨੇ 704 ਉਹਦੇ ਵਿੱਚ ਦੱਸਿਆ ਗਿਆ ਜੀ ਸਿੱਖਿਆ ਭਾਗ ਦੇ ਅੰਦਰ ਵੈਕੈਂਸੀਆਂ ਨੇ ਜੀ ਸਮਾਜਿਕ ਸਿੱਖਿਆ ਸੁਰੱਖਿਆ ਦੇ ਇਸਤਰੀ ਬਾਲ ਵਿਕਾਸ ਦੇ ਵਿੱਚ ਅੱਗੇ ਵੈਕੈਂਸੀਆਂ ਦੀ ਕਿੰਨੀ ਕਿੰਨੀ ਵੈਕੈਂਸੀਆਂ ਨੇ ਜਿੱਦਾਂ ਮੜੇ ਸਿੱਖਿਆ ਭਾਗ ਦੇ 250 ਵੈਕੈਂਸੀਆਂ ਨੇ ਜੀ 250 ਉਹਨਾਂ ਨੂੰ ਵੈਕੈਂਸੀਆਂ ਦੀ ਵੰਡ ਕੀਤੀ ਗਈ ਹੈ ਕੈਟਾਗਰੀ ਵਾਈਜ਼ ਤੇ ਟ੍ਰੇਕ ਡਿਪਾਰਟਮੈਂਟ ਦੇ ਅੰਦਰ ਹੈਗੀ ਹੈ ਜੀ ਵੈਕੈਂਸੀ ਜਿਹਦਾ ਭਾਗ ਆਗਿਆ ਦੇ ਵਿੱਚ ਹੈਗੀ ਹੈ ਜੀ ਭਾਗ ਦੇ ਵਿੱਚ ਡਾਇਰੈਕਟਰ ਨਿਕਮ ਅਤੇ ਗ੍ਰਾਮ ਜੋਜਨਾਬਦੀ ਵਿਭਾਗ ਉਹਨਾਂ ਨੂੰ ਪੁੱਡਾ ਵਗੈਰਾ ਕਹਿੰਦੇ ਉਹਦੇ ਵਿੱਚ ਹੈ ਜੀ ਤੇ ਦਫ਼ਤਰ ਮੁਖ ਚੋਣ ਅਫਸਰ ਠੀਕ ਹੈ ਜੀ ਦਫ਼ਤਰ ਆਪਕਾਰੀ ਬਨ ਕੇ ਇੱਕ ਸਾਈਜ਼ ਦੇ ਵਿੱਚ ਹੈ ਜੀ ਤੇ ਉਹ ਥਲੜੀ ਵੀ ਇੱਕ ਸਾਈਜ਼ ਦੇ ਵਿੱਚ ਹੈ ਜੀ ਤੇ ਡੇਰੀ ਵਿਕਾਸ ਭਾਗ ਵਿੱਚ ਸਮਾਜਿਕ ਨਿਆਂ ਘਟ ਗਿੰਦੀ ਵਿਕਾਸ ਮਨ ਕੇ ਇਦਾਂ ਅਦਰ ਡਿਪਾਰਟਮੈਂਟ ਹੈ ਜੀ ਉਹਨਾਂ ਦੀ ਜੀ ਵੈਕੈਂਸੀ ਹੈ ਜੀ 14 ਡਿਪਾਰਟਮੈਂਟ ਦੇ ਅੰਦਰ ਵੈਕੈਂਸੀ ਹੈ ਜੀ 704 ਕਲਰਕ ਦੀਆਂ ਤੇ ਅਗੇ ਕਲਰਕ ਆਈਟੀ ਦੀ ਗੱਲ ਕਰਦੇ ਆ 10 ਪੋਸਟਾਂ ਨੇ ਜੀ ਤੇ ਦੋ ਡਿਪਾਰਟਮੈਂਟ ਦੇ ਅੰਦਰ ਵੈਕੈਂਸੀਆਂ ਨੇ ਤੇ ਕਲਰਕ ਲੇਖਾ ਦੀਆਂ ਵੈਕੈਂਸੀਆਂ ਨੇ ਜੀ ਦੋ ਡਿਪਾਰਟਮੈਂਟ ਅੰਦਰ ਤੇ ਇਹਦੀਆਂ 21 ਵੈਕੈਂਸੀਆਂ ਨੇ ਤੇ ਟੋਟਲ ਜਿਹੜੀ ਆਪਾਂ ਇਹਨਾਂ ਦੀ ਕਰਦੇ ਆ ਜੀ ਸਭ ਤੋਂ ਜ਼ਿਆਦਾ ਕਲਰਕ ਦੇ ਵਿੱਚ ਭਰਤੀ ਆ ਜੀ ਤੇ ਉਹਨਾਂ ਦੀਆਂ ਜੀ 700 ਟੋਟਲ 735 ਆ ਜੀ ਤੇ ਜਿਹੜੀ ਕਲਰਕ ਸਿੱਧਾ ਜੀ ਉਹਦੇ ਜਿਹੜੀ 704 ਵੈਕੈਂਸੀਆਂ ਉਹਦੇ ਜਿਹੜੀ ਗ੍ਰੈਜੂਏਸ਼ਨ ਚਾਹੀਦੀ ਤਾਂ ਸਿੰਪਲ ਇਸ ਗੱਲ ਨੂੰ ਧਿਆਨ ਰੱਖਣਾ ਤੇ ਬਾਕੀ ਆ ਕੀ ਜਿਹੜੀ ਤੁਹਾਨੂੰ ਛੋੜ ਮਿਲੂਗੀ ਜੀ ਇਹਦੇ ਵਿੱਚ ਮਿਲੂਗੀ ਠੀਕ ਆ ਬਾਕੀ ਕੀ ਕੀ ਗੱਲਾਂ ਰਿਕੁਆਇਰਮੈਂਟ ਉਹਦੇ ਬਾਰੇ ਦੱਸਾਂਗੇ ਜਦੋਂ ਤੁਸੀਂ ਅਪਲਾਈ ਕਰੋਗੇ ਜੀ ਤੁਹਾਡਾ ਕੋਡ ਹੋਊਗਾ ਜੀ ਜਿੱਦਾਂ ਮਾਲਾ ਤੁਹਾਡੀ ਜਨਰਲ ਕੈਟਾਗਰੀ ਤੁਹਾਡਾ 101 ਕੋਡ ਇਸ ਗੱਲ ਨੂੰ ਜ਼ਰੂਰ ਧਿਆਨ ਰੱਖਣਾ ਜੀ ਤੇ ਤਨਖਾਹ ਜਿਹੜੀ ਤੁਹਾਨੂੰ ਮਿਲਣੀ ਆ ਜੀ ਸੈਲਪੇ ਸ킬 ਦੇ ਅਕੋਰਡਿੰਗ 19900 ਰੁਪਏ ਮਿਲੂਗੀ ਜੀ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਜੀ ਵਾਧਦੀ ਜਾਂਦੀ ਆ ਤੇ ਵਿਦਿਅਕ ਯੋਗਤਾ ਦੀ ਗੱਲ ਕੀਤੀ ਆ ਜੀ ਬੈਚਲਰ ਡਿਗਰੀ ਮਨ ਕੇ ਕੋਈ ਵੀ ਡਿਗਰੀ ਜਿਹਨੇ ਕੀਤੀ ਹੋਈ ਆ ਤੇ ਪਲੱਸ 100 ਵੀਕੈਂਡ ਦਾ ਹੈਗਾ ਜੀ ਕੰਪਿਊਟਰ ਕੋਰਸ ਉਹ एलिਜੀਬਲ ਆ ਜਾਂ ਕਿ ਜਾਂ ਜਿਹਨਾਂ ਦਾ 올ਡ ਲੈਵਲ ਦਾ ਸਰਟੀਫਿਕੇਟ ਹੈਗਾ ਜੀ ਕੰਪਿਊਟਰ ਦਾ ਉਹ एलिਜੀਬਲ ਆ ਤੇ ਇੱਕ ਗੱਲ ਤੁਹਾਨੂੰ ਇਹ ਵੀ ਦੱਸਾਂ ਜੀ ਤੁਹਾਡਾ ਟਾਈਪਿੰਗ ਟੈਸਟ ਵਗੈਰਾ ਹੋਊਗਾ ਜੀ ਦੋਨਾਂ ਦਾ 30 ਵਰਡ ਪਰ ਮਿੰਟ অফ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਪੰਜਾਬੀ ਫੌਂਟ ਹੈ ਰਾਵੀ ਤੇ ਬਾਕੀ ਕੀ ਹੁਣ ਕਲਰਕ ਆਈਟੀ ਦੀ ਗੱਲ ਕਰਦੇ ਆ ਜੀ ਜਿਨ੍ਹਾਂ ਨੇ ਬੈਚਲਰ ਡਿਗਰੀ ਕੀਤੀ ਹੈ ਜੀ ਟੈਕਨੋ ਟੈਕਨੋਲੋਜੀ ਵਿੱਚ ਜਾਂ ਕੰਪਿਊਟਰ ਦੀ ਕੀਤੀ ਹੈ ਜਾਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਕੀਤੀ ਹੋਈ ਹੈ ਉਹ ਐਲੀਜੀਬਲ ਆ ਜਾਂ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਇਹਨਾਂ ਡਿਗਰੀ ਕੀਤੀ ਮਿਲ ਕੇ ਜਿਨ੍ਹਾਂ ਕੰਪਿਊਟਰ ਨਾਲ ਸੰਬੰਧੇ ਡਿਗਰੀ ਕੀਤੀ ਹੈ ਜੀ ਉਹ ਐਲੀਜੀਬਲ ਆ ਤੇ ਇਹਦੇ ਲਈ ਤੁਹਾਨੂੰ ਇਹ ਗੱਲ ਦੱਸਣਾ ਕਿ ਜਿੰਨੀਆਂ ਵੈਕੈਂਸੀਆਂ ਹੈਗੀਆਂ ਨੇ ਇਹਨਾਂ ਵਿੱਚ ਦਸਵੇਂ ਵਿੱਚ ਪੰਜਾਬੀ ਜ਼ਰੂਰ ਹੋਣੀ ਚਾਹੀਦੀ ਤੁਹਾਡੀ ਜੀ ਤੇ ਤੇ ਜਿਹੜਾ ਹੈਗਾ ਜੀ ਇਸੇ ਵਿੱਚ ਜਿਹੜਾ ਕਲਰਕ ਆਪ ਕਰੀ ਉਹਦੇ ਲਈ ਵੱਖਰੀ ਵੱਖਰੀ ਦੱਸੀ ਹੈ ਜੀ ਆਹ ਟੈਕਨੋਲੋਜੀ ਵਾਲਾ ਕੰਪਿਊਟਰ ਟੈਕਨੋਲੋਜੀ ਕਾ ਇਨਫੋਰਮੇਸ਼ਨ ਟੈਕਨੋਲੋਜੀ ਵਾਲਾ ਵੀ ਲਿਜ਼ੀਬਲ ਤੇ ਕਲਰਕ ਜਿਹੜੇ ਅਕਾਊਂਟਸ ਆ ਜੀ ਜਿਹਨੂੰ ਕਲਰਕ ਲੇਖਾ ਵੀ ਕਹਿੰਦੇ ਆ ਜੀ ਉਹਦੇ ਲਈ ਆ ਕਿ ਤੁਸੀਂ ਇਹ ਬੈਚਲਰ ਡਿਗਰੀ ਕੀਤੀ ਹੋਵੇ ਜੀ ਕਮਰਸ ਦੇ ਵਿੱਚ ਤੇ ਨਾਲ ਤੁਹਾਡੇ ਦੋ ਦੋ ਸਾਲ ਦਾ ਐਕਸਪੀਰੀਅੰਸ ਹੋਵੇ ਜੀ ਕੰਪਿਊਟਰ ਦਾ ਤੇ ਅਕਾਊਂਟਸ ਦੇ ਵਿੱਚ ਗਵਰਨਮੈਂਟ ਡਿਪਾਰਟਮੈਂਟ ਜਾਂ ਪਬਲਿਕ ਡਿਪਾਰਟਮੈਂਟ ਦੇ ਅੰਦਰ ਤੇ ਤੁਹਾਨੂੰ ਨੌਲੇਜ ਹੋਵੇ ਜੀ ਕੰਪਿਊਟਰ ਦੀ ਤੇ ਬਾਕੀ ਹੈ ਕਿ ਆਪਾਂ ਹੋਰ ਗੱਲਾਂ ਕਰਦੇ ਹਾਂ ਜੀ ਏਜ ਦੀ ਗੱਲ ਕਰਦੇ ਹਾਂ 18 ਤੋਂ ਲੈ ਕੇ 37 ਸਾਲ ਆ ਰਿਲੇਜੀਬਲ ਆ ਜੀ ਤੇ ਬਾਕੀ ਐਸਸੀ ਐਸਟੀ ਯੂ ਬੀਸੀ ਨੂੰ ਜੋ ਸ਼ੋਰਟ ਮੀਦੀ ਸਰਕਾਰ ਵੱਲੋਂ ਮਿਲੂਗੀ ਜੀ ਤੇ ਨਵੀਂ ਵੈਕੈਂਸੀ ਆ ਜੀ ਪਹਿਲੇ ਵਾਲੀ ਕਲਰਕ ਕੜੀ ਨਹੀਂ ਹੁਣ ਨਵੀਂ ਕਲਰਕ ਦੀ ਵੈਕੈਂਸੀ ਆ ਤੇ ਅਪਲੀਕੇਸ਼ਨ ਫੀਸ ਦੀ ਗੱਲ ਕਰਦੇ ਹਾਂ ਜੀ ਜਰਨਲ ਤੇ ਜਿਹੜੇ ਹੈਗੇ ਆ ਜੀ სპੋਰਟਸਮੈਨ ਤੇ ਹੈਗੇ ਆ ਸਤੰਤ ਫਰੀडम फाइਟਰ ਆ ਜੀ 1000 ਰੁਪਏ ਫੀਸ ਹੋਣਾਂ ਦੀ ਤੇ ਐਸਸੀ ਬੀਸੀ ਐਡब्ल्यूएसਸੀ 250 ਰੁਪਏ ਫੀਸ ਐਕਸਰਸ ਮੈਨ ਤੇ ਡਿਪੈਂਡਡ ਦੀ 200 ਰੁਪਏ ਫੀਸ ਤੇ ਹੈਂਡੀਕੈਪ ਦੀ 500 ਰੁਪਏ ਫੀਸ ਤੇ ਜਿਹੜੀ ਤੁਹਾਡੀ ਸਿਲੈਕਸ਼ਨ ਪ੍ਰੋਸੈਸ ਆ ਜੀ ਉਹ ਅਬਜੈਕਟਿਵ ਟਾਈਪ ਪੇਪਰ ਹੋਗਾ OMR ਸ਼ੀਟ ਤੇ ਉਹ ਦੇ ਅਕੋਰਡਿੰਗ ਜਿਹੜਾ ਵੀ ਕੁਆਲੀਫਾਈ ਹੋਊਗਾ ਜੀ ਉਹਦਾ ਕੇ ਟਾਈਪਿੰਗ ਟੈਸਟ ਹੋਊਗਾ ਉਸ ਤੋਂ ਬਾਅਦ ਹੀ ਤੁਹਾਡੀ ਮੈਰ ਲਿਸਟ ਬਣੂਗੀ ਜੀ ਤੇ ਜਿਹੜੀ ਤੁਹਾਡੀ ਮੈਰ ਲਿਸਟ ਬਣਨੀ ਉਹ ਤੁਹਾਡੇ ਨੰਬਰ ਦੇ ਬੇਸ ਤੇ ਬਣਨੀ ਆ ਤੇ ਜਿਹੜਾ ਤੁਹਾਡਾ ਟਾਈਪਿੰਗ ਟੈਸਟ ਆ ਸਿਰਫ ਉਹ ਹੈਗਾ ਵਾ ਤੁਸੀਂ ਉਹਨੂੰ ਪਾਸ ਕਰਨਾ ਜ਼ਰੂਰੀ ਦਾ ਹੈ ਨਹੀਂ ਕਿ ਕੁਆਲੀਫਾਈ ਨੇਚਰ ਦਾ ਵਾ ਤੇ ਬਾਕੀ ਹੋਰ ਕੋਈ ਇਨਫੋਰਮੇਸ਼ਨ ਆ ਜੇ ਤੁਸੀਂ ਨੋਟੀਫਿਕੇਸ਼ਨ ਵਿੱਚ ਦੇਖ ਸਕਦੇ ਹੋ ਨੋਟੀਫਿਕੇਸ਼ਨ ਦੀ 트리플ਸ ਦੀ ਸਾਈਟ ਤੋਂ ਹੀ ਜਾ ਕੇ ਦੇਖ ਸਕਦੇ ਹੋ ਜੇ ਨਹੀਂ ਪਤਾ ਲੱਗ ਰਿਹਾ ਜੀ ਸਾਡੇ ਟੈਲੀਗ੍ਰam ਦਾ ਲਿੰਕ ਇਸੇ ਵੀਡੀਓ ਦੇ ਅਬਾਊਟ ਚਾ ਜੀ ਉੱਥੇ ਜਾ ਕੇ ਤੁਸੀਂ ਲਿੰਕ ਟੈਲੀਗ੍ਰam ਤੇ ਇਹ ਇਸ ਜਿਹੜਾ ਹੈਗਾ ਵਾ ਜੀ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਤੁਸੀਂ ਸਾਡੇ ਟੈਲੀਗ੍ਰam ਗਰੁੱਪ ਤੋਂ ਲੈ ਸਕਦੇ ਹੋ ਜੀ ਤੇ ਕੋਈ ਵੀ ਇਨਫੋਰਮੇਸ਼ਨ ਆ ਜੀ ਉੱਥੇ ਜਾ ਕੇ ਮੈਸੇਜ ਵੀ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਜੀ